ਇਸ ਇਤਿਹਾਸਿਕ ਅਸਥਾਨ 'ਤੇ ਕਾਰ ਸੇਵਾ ਦੇ ਨਾਂ 'ਤੇ ਵੱਡੀ ਮਾਰ ਸੇਵਾ ਪਈ। ਅੱਜ ਆਪਾਂ ਪਹੁੰਚੇ ਹਾਂ ਰਾਏਕੋਟ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ, ਜਿਸ ਦਾ ਨਾਮ ਹੈ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸ। ਚਮਕੌਰ ਸਾਹਿਬ ਤੋਂ ਮਾਛੀਵਾੜਾ ਸਾਹਿਬ, ਮਾਛੀਵਾੜਾ ਸਾਹਿਬ ਤੋਂ ਆਲਮਗੀਰ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੰਘਾਂ ਸਮੇਤ ਰਾਏਕੋਟ ਪਹੁੰਚੇ। ਇੱਥੇ ਗੁਰੂ ਪਾਤਸ਼ਾਹ ਜੀ ਆਣ ਕੇ ਟਾਹਲੀ ਦੇ ਰੁੱਖ ਹੇਠਾਂ ਵਿਰਾਜੇ, ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਟਾਹਲੀਆਣਾ ਸਾਹਿਬ ਹੈ ਕਿ ਗੁਰਦੁਆਰਾ ਟਾਹਲੀਆਣਾ ਸਾਹਿਬ ਤਾਂ ਹੈ ਪਰ ਟਾਹਲੀ ਵੀ ਪੱਟ ਦਿੱਤੀ। ਇਸ ਜਗ੍ਹਾ 'ਤੇ ਨੂਰਾ ਮਾਹੀ ਮੱਝਾਂ ਝੋਟੀਆਂ ਚਾਰ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਨੂਰੇ ਨੂੰ ਦੇਖ ਕੇ ਕਿਹਾ ਕਿ ਜਾ ਸਿੰਘਾ, ਸਾਡੇ ਵਾਸਤੇ ਦੁੱਧ ਚੋ ਕੇ ਲਿਆ। ਨੂਰੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਵਾਬ ਦਿੱਤਾ ਕਿ ਗੁਰੂ ਜੀ, ਮੱਝਾਂ ਤਾਂ ਸਵੇਰੇ ਹੀ ਚੋ ਲਈਆਂ ਸਨ, ਜੋ ਰਹਿ ਗਈਆਂ ਉਹ ਵੀ ਔਸਰ ਝੋਟੀਆਂ ਨੇ, ਦੁੱਧ ਹੁਣ ਮਿਲਣਾ ਨਹੀਂ, ਸ਼ਾਮ ਨੂੰ ਚੋਵਾਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਬਰਤਨ ਦਿੱਤਾ ਜਿਸ ਦਾ ਨਾਮ ਹੈ ਗੰਗਾ ਸਾਗਰ, ਜਿਸ ਵਿੱਚ 288 ਸ਼ੇਦ ਸੰਗਨ ਮੋਰੀਆਂ ਸੀ। 288 ਕਹਿੰਦੇ ਹਨ ਕਿ ਉਸ ਵਿੱਚ ਰੇਤ ਤਾਂ ਗਿਰ ਜਾਂਦੀ ਸੀ ਪਰ ਕੋਈ ਤਰਲ ਪਦਾਰਥ ਡੁੱਲਦਾ ਨਹੀਂ ਸੀ। ਅਜਿਹਾ ਬਰਤਨ ਜਦੋਂ ਨੂਰੇ ਮਾਹੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦੇ ਕੇ ਤੋਰਿਆ ਅਤੇ ਕਿਹਾ ਜਾ, ਜਿਹੜੀ ਮਰਜ਼ੀ ਮੱਝ ਚੋ ਲੈ, ਦੁੱਧ ਆਵੇਗਾ। ਗੁਰੂ ਸਾਹਿਬ ਦੇ ਬਚਨਾਂ ਨੂੰ ਸਤ ਕਰਮ ਮੰਨਿਆ ਨੂਰੇ ਮਾਹੀ ਨੇ ਇੱਕ ਔਸਰ ਝੋਟੀ ਕਰੌਂਦੇ ਦੇ ਦਰਖਤ ਨਾਲ ਬੰਨ ਲਈ ਅਤੇ ਉਸ ਸ਼ੇਦਾਂ ਵਾਲੇ 288 ਮੋਰੀਆਂ ਵਾਲੇ ਬਰਤਨ ਵਿੱਚ ਜਦੋਂ ਦੁੱਧ ਕੱਢਣ ਲੱਗਾ ਅਤੇ ਦੁੱਧ ਨਾਲ ਉਹ ਭਰ ਗਿਆ, ਦੁੱਧ ਡੁੱਲਿਆ ਨਹੀਂ। ਇਹ ਉਹ ਕਰੌਂਦੇ ਦਾ ਦਰਖਤ ਹੈ। ਮੈਂ ਪਹਿਲਾਂ ਕਹਿ ਕੇ ਹਟਿਆ ਕਿ ਸਾਡੇ ਇਤਿਹਾਸਿਕ ਸਥਾਨਾਂ, ਸਾਡੇ ਇਤਿਹਾਸਿਕ ਪੁਰਾਤਨ ਦੇਖਾਂ ਦੇ ਚੱਕਰ ਦੇ ਵਿੱਚ ਕਾਰ ਸੇਵਾ ਦੇ ਨਾਂ 'ਤੇ ਵੱਡੀ ਮਾਰ ਸੇਵਾ ਪੈਂਦੀ, ਇਹ ਪੱਟ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਗੁਰਦੁਆਰਾ ਟਾਹਲੀਆਣਾ ਸਾਹਿਬ ਤਾਂ ਹੈ ਪਰ ਟਾਹਲੀ ਵੀ ਪੱਟ ਦਿੱਤੀ। ਇਹ ਸਾਡੀ ਕੌਮ ਦੇ ਵਿੱਚ ਬਹੁਤ ਵੱਡੀ ਤ੍ਰਾਸਦੀ ਹੈ। ਇਹ ਕਦੋਂ ਦੀ ਚੱਲੀ ਆ ਰਹੀ ਹੈ, ਪਤਾ ਨਹੀਂ ਕਦੋਂ ਰੁਕੇਗੀ। ਕਿੰਨੀਆਂ ਇਤਿਹਾਸਿਕ ਪੁਰਾਤਨ ਇਮਾਰਤਾਂ ਦੇਖਾਂ ਖਤਮ ਕਰ ਦਿੱਤੀਆਂ ਗਈਆਂ। ਭਾਵੇਂ ਇਹ ਸਾਡਾ ਵਿਸ਼ਾ ਨਹੀਂ ਹੈ ਪਰ ਅਸੀਂ ਜ਼ਰੂਰੀ ਸਮਝਦੇ ਹਾਂ। ਉੱਧਰ ਨੂਰਾ ਮਾਹੀ ਹੈਰਾਨ ਸੀ ਕਿ ਮੋਰੀਆਂ ਵਾਲੇ ਬਰਤਨ ਦੇ ਵਿੱਚ ਦੁੱਧ ਟਿਕ ਕਿਵੇਂ ਗਿਆ, ਅਤੇ ਜਿਹੜੀ ਝੋਟੀ ਕਦੇ ਦੁੱਧ ਨਹੀਂ ਦਿੰਦੀ ਸੀ ਜਾਂ ਦੁੱਧ ਚੋ ਕੇ ਆਏ ਸੀ, ਉਹਨੇ ਦੁੱਧ ਕਿਵੇਂ ਉਹਦੇ ਹੇਠੋਂ ਨਿਕਲਿਆ ਆ। ਗੁਰੂ ਸਾਹਿਬ ਜੀ ਦੀ ਇਹ ਸਾਰੀ ਵਾਰਤਾਲਾਪ ਉਸਨੇ ਰਾਏ ਕੱਲੇ ਨੂੰ ਜਾ ਦੱਸੀ। ਰਾਏ ਕੱਲਾ ਇਹ ਰਾਏਕੋਟ ਦਾ ਇੱਕ ਮਾਲਕ ਸੀ। ਇਤਿਹਾਸ ਦੱਸਦਾ ਹੈ ਕਿ ਉਹ ਜਿਹੜਾ ਬਰਤਨ ਹੈ ਅੱਜ ਵੀ 1947 ਤੋਂ ਬਾਅਦ ਜਦੋਂ ਦੇਸ਼ ਦੀ ਵੰਡ ਹੋਈ ਆ, ਰਾਏ ਕੱਲਾ ਦਾ ਪਰਿਵਾਰ ਕੋਲ ਸੀ ਅਤੇ ਉਹ ਪਾਕਿਸਤਾਨ ਚਲਾ ਗਿਆ, ਉਸਦਾ ਪਰਿਵਾਰ ਕੋਲ ਅੱਜ ਵੀ ਉਹ ਬਰਤਨ, ਉਹ ਗੰਗਾ ਸਾਗਰ ਜਿਹੜਾ ਆਪਾਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ, ਅੱਜ ਵੀ ਇਹ ਗੰਗਾ ਸਾਗਰ ਉਹਨਾਂ ਕੋਲ ਸਾਂਭਿਆ ਪਿਆ ਹੈ। ਉਹ ਇੱਕ ਦੋ ਵਾਰ ਪੰਜਾਬ ਵਿੱਚ ਵੀ ਇਹ ਬਰਤਨ ਲੈ ਕੇ ਆਏ ਆ। ਪਿਛਲੇ 15-20 ਸਾਲ ਪਹਿਲਾਂ ਇਹ ਬਰਤਨ ਪੰਜਾਬ ਵਿੱਚ ਵੀ ਆਇਆ ਜਿਸ ਨੂੰ ਗੰਗਾ ਸਾਗਰ ਦਾ ਨਾਮ ਦਿੱਤਾ ਗਿਆ ਹੈ। ਇਤਿਹਾਸ ਦੱਸਦਾ ਹੈ ਕਿ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਬਾਰੇ ਪਤਾ ਕਰਨ ਲਈ ਨੂਰੇ ਮਾਹੀ ਨੂੰ
ਸਰਹੰਦ ਭੇਜਿਆ ਸੀ ਕਿ ਜਾ ਸਾਡੇ ਬੱਚਿਆਂ ਸਾਡੇ ਸਾਹਿਬਜ਼ਾਦਿਆਂ ਅਤੇ ਸਾਡੇ ਮਾਤਾ ਜੀ ਬਾਰੇ ਪਤਾ ਕਰਕੇ ਆ ਕਿ ਉਹਨਾਂ ਨਾਲ ਕੀ ਵਾਪਰਿਆ। ਇਸ ਜਗ੍ਹਾ ਤੋਂ ਹੀ ਨੂਰਾ ਕਹਿੰਦੇ ਕਿ ਨੂਰੇ ਦੀ ਰਿਸ਼ਤੇਦਾਰੀ ਸੀ ਸਰਹੰਦ ਇਲਾਕੇ ਵਿੱਚ। ਨੂਰਾ ਇਸ ਜਗ੍ਹਾ ਤੋਂ ਹੀ ਛੋਟੇ ਸਾਹਿਬਜ਼ਾਦੇ ਨੂੰ ਮਾਤਾ ਗੁਜਰ ਕੌਰ ਦਾ ਪਤਾ ਕਰਨ ਗਿਆ। ਕੁਝ ਇਤਿਹਾਸਕਾਰਾਂ ਅਨੁਸਾਰ ਕਾਈ ਦੇ ਬੂਟੇ ਦੀ ਜੜ੍ਹ ਅਤੇ ਮੁਗਲ ਹਕੂਮਤ ਦੀ ਜੜ੍ਹ ਇਸ ਜਗ੍ਹਾ ਪੱਟੀ ਸੀ। ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਲੰਮੇ ਜੱਟਪੁਰੇ ਕਾਈ ਦੇ ਬੂਟੇ ਦੀ ਜੜ੍ਹ ਪੱਟ ਮੁਗਲ ਹਕੂਮਤ ਦੀ ਜੜ੍ਹ ਪੱਟੀ ਸੀ। ਇਸ ਤੋਂ ਅਗਲਾ ਇਤਿਹਾਸਿਕ ਗੁਰਦੁਆਰਾ ਆਪਾਂ ਲੰਮੇ ਪਿੰਡ ਦਾ ਵੇਖਾਂਗੇ। ਧੰਨਵਾਦ।